ਬਾਹਰੋਂ ਆਏ ਸਾਡਾ ਪਲਾਟ ਇੱਥੇ ਮੈਂ ਵੀ ਪਤਾ ਨਹੀਂ ਲੱਭ ਨਹੀਂ ਰਿਹਾ ਕਿੱਥੇ, ਮੈਨੂੰ ਵੀ ਪਲਾਟ ਲੱਭ ਜਾਵੇ ਮੈਂ 5,000 ਰੁਪਇਆ ਨਾਮ ਵੀ ਦੇ ਦੂੰਗਾ ਉਹਨੂੰ। ਸਕਰੀਨ ਤੇ ਨਜ਼ਰ ਆ ਰਹੀਆਂ ਤਸਵੀਰਾਂ ਗਿੱਦੜਵਾਹਾ ਦੀ ਇੱਕ ਕਲੋਨੀ ਦੀਆਂ ਨੇ, ਜਿਸ ਦੇ ਵਿੱਚ ਇੱਕ ਵਿਅਕਤੀ ਹੱਥ ਦੇ ਵਿੱਚ ਕਾਗਜ਼ ਲੈ ਕੇ ਆਪਣਾ ਕਲੋਨੀ ਦੇ ਵਿੱਚ ਖਰੀਦਿਆ ਪਲਾਟ ਲੱਭ ਰਿਹਾ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਹਲਕਾ ਗਿੱਦੜਵਾਹਾ ਦੇ ਪਿੰਡ ਮਧੀਰ ਦੇ NRI ਦਲਜੀਤ ਸਿੰਘ ਨੇ ਦੱਸਿਆ ਕਿ 2016 ਦੇ ਵਿੱਚ ਉਸਨੇ ਇਹ ਪਲਾਟ ਬਠਿੰਡਾ ਦੇ ਰਹਿਣ ਵਾਲੇ ਇੱਕ ਵਿਅਕਤੀ ਤੋਂ ਖਰੀਦਿਆ ਸੀ। ਉਹ ਇਸ ਉਪਰੰਤ ਆਸਟ੍ਰੇਲੀਆ ਚਲਾ ਗਿਆ। ਹੁਣ 1 ਮਹੀਨਾ ਪਹਿਲਾਂ ਇਸ ਪਲਾਟ ਨੂੰ ਵੇਚਣ ਵਾਸਤੇ ਆਸਟ੍ਰੇਲੀਆ ਤੋਂ ਆਇਆ ਹੈ, ਪਰ ਉਸ ਨੂੰ ਆਪਣਾ ਪਲਾਟ ਨਹੀਂ ਲੱਭ ਰਿਹਾ। ਉਸਨੇ ਕਿਹਾ ਕਿ ਸਾਰਾ ਰਿਕਾਰਡ ਮੇਰੇ ਕੋਲ ਮੌਜੂਦ ਹੈ, ਭਾਵ ਕਿ ਇੰਤਕਾਲ ਅਤੇ ਰਜਿਸਟਰੀ ਉਸਦੇ ਕੋਲ ਹੈ। ਉਸਨੇ ਵੀ ਦੱਸਿਆ ਕਿ ਮੈਂ ਜਮ੍ਹਾਂਬੰਦੀ ਵੀ ਕਰਵਾ ਲਈ, ਪਰ ਸਰਕਾਰੀ ਰਿਕਾਰਡ ਦੇ ਵਿੱਚ ਮੇਰੇ ਬੇਟੇ ਦਾ ਨਾਮ ਨਹੀਂ ਬੋਲਦਾ। ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਵਿਭਾਗ ਨੇ ਮੇਰਾ ਪਲਾਟ ਕਿੱਥੇ ਗਾਇਬ ਕਰ ਦਿੱਤਾ। ਉਸਨੇ ਦੱਸਿਆ ਕਿ 20 ਦਸੰਬਰ ਨੂੰ ਉਸਨੇ ਵਾਪਸ ਫਿਰ ਵਿਦੇਸ਼ ਜਾਣਾ ਹੈ ਤੇ ਉਹ ਪਲਾਟ ਦਾ ਸੌਦਾ ਕਰ ਚੁੱਕਿਆ ਹੈ, ਇਕਰਾਰਨਾਮਾ ਕੀਤਾ ਹੋਇਆ ਹੈ, ਬਹੁਤ ਪੜਤਾਲ ਕੀਤੀ ਪਰ ਪਲਾਟ ਨਹੀਂ ਲੱਭਿਆ। ਦਲਜੀਤ ਸਿੰਘ ਨੇ ਦੁਖੀ ਮਨ ਦੇ ਨਾਲ ਕਿਹਾ ਕਿ ਮੈਂ ਪਲਾਟ ਲੱਭਣ ਵਾਲੇ ਸ਼ਖਸ ਨੂੰ 5,000 ਰੁਪਏ ਇਨਾਮ ਵੀ ਦੇਵਾਂਗਾ। ਇਸ ਸੰਬੰਧੀ ਜਦੋਂ ਤਹਿਸੀਲਦਾਰ ਗਿੱਦੜਵਾਹਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਪਲਾਟ ਦਾ ਇੰਤਕਾਲ ਹੋ ਗਿਆ ਸੀ, ਅਸੀਂ ਦਰੁਸਤੀ ਕਰਕੇ ਸਹੀ ਕਰ ਦੇਵਾਂਗੇ, ਗਲਤ ਐਂਟਰੀ ਕਰਕੇ ਕੰਪਿਊਟਰ ਨੇ ਇਹ ਨਹੀਂ ਚੁੱਕਿਆ। ਵੈਸੇ ਤਾਂ ਹੁਸਨਰ ਪਿੰਡ ਨੈਬ ਸਾਹਿਬ ਕੋਲ ਆ, ਕਾਰਜ ਪੜਤਾਲ ਕਰਾ ਲਈ ਆ, ਇਹਦੇ ਵਿੱਚ ਇੰਤਕਾਲ ਹੋ ਗਿਆ ਸੀਗਾ, ਪਰੰਤੂ ਇੰਤਕਾਲ ਟੈਸਟ ਐਂਟਰੀ ਦਾ ਹੋਣ ਕਰਕੇ ਉਹ ਜਮ੍ਹਾਂਬੰਦੀ ਬਣੀ। 4 ਸਾਲ ਦੇ ਵਿੱਚ ਇਹ ਅੱਗੇ ਉਹਦੇ ਅਮਲ ਨਹੀਂ ਹੋਇਆ ਹੈਗਾ, ਇਹਦੀ ਅਸੀਂ ਇਹਦੀ ਦਰੁਸਤੀ ਕਰਕੇ ਸੈੱਟ ਕਰ ਦਿੰਦੇ ਨੇ ਕਾਰਜ। ਸਰ ਇੰਨੇ ਚਿਰ ਪੈਂਡਿੰਗ ਪੈ ਗਿਆ, ਉਹਦਾ ਕੀ ਕਾਰਨ ਕੀ ਹੋਣਾ? 4 ਸਾਲ ਬਾਅਦ 'ਚ ਬਣੇ ਨਹੀਂ, ਇਹ ਪੁਰਾਣੇ 16 ਦਾ ਸੀਗਾ ਜਦੋਂ ਕਿਉਂਕਿ ਇੰਤਕਾਲ ਹੋ ਗਿਆ ਸੀਗਾ, ਪਰੰਤੂ ਟੈਸਟ ਐਂਟਰੀ ਵਾਲੇ ਇੰਤਕਾਲ ਆਪਣੇ ਆਪ ਚੱਕਦੇ ਨਹੀਂ, ਜਿਹੜੇ ਸੋਫਟਵੇਅਰ ਦੇ ਇੰਤਕਾਲ ਕੰਪਿਊਟਰ ਚੱਕ ਜਾਂਦੇ ਆ, ਜੇ ਟੈਸਟ ਐਂਟਰੀ ਇੰਤਕਾਲ ਆਪਣੇ ਆਪ ਚੱਕੇ ਜਾਂਦੇ ਉਹ ਇੰਤਕਾਲ ਅਮਲ ਹੁੰਦਾ ਰਹਿ ਜਾਂਦਾ। ਇਹ ਤਾਂ ਪ੍ਰੋਬਲਮ ਮੈਂ ਕਹਿਤਾ ਉਹ ਦਰਜ ਕਰ ਦੂੰਗਾ, ਮਨਜ਼ੂਰ ਕਰਨਾ ਨੈਬ ਸਾਹਿਬ ਨੇ, ਠੀਕ ਹੈ, ਜਲਦੀ ਕਰਾ ਦਿਆਂਗੇ। ਬਾਈ ਜੀ ਕੀ ਨਾਮ ਹੈ ਜੀ? ਮੇਰਾ ਨਾਂ ਜੀ ਦਲਜੀਤ ਹੈ ਜੀ। ਜੀ ਕੀ ਕਰਨਾ ਚਾਹੁੰਗੇ ਕਲੋਨੀ 'ਚ ਤੁਰੇ ਫਿਰਦੇ, ਕੀ ਕਾਰਨ ਕੀ? ਸਰ ਮੇਰਾ ਅਸੀਂ ਪਲਾਟ ਲਿਆ ਸੀ, ਅਸੀਂ 2016 'ਚ ਪਲਾਟ ਲਿਆ ਸੀਗਾ, ਅਤੇ ਉਹ ਸਾਨੂੰ ਪਲਾਟ ਨਹੀਂ ਲੱਭ ਰਿਹਾ ਜੀ। ਵੈਸੇ ਮੰਨ ਲਓ ਜੋ ਵੀ ਉਹਦਾ ਸਰ ਅਸੀਂ ਰਜਿਸਟਰੀ ਸਾਡੇ ਕੋਲ ਹੈ, ਇੰਤਕਾਲ ਵੀ ਸਾਡਾ ਹੋਇਆ ਵਾ, ਮੈਂ ਪਲਾਟ ਲੈ ਕੇ ਬਾਹਰ ਚਲਾ ਗਿਆ ਸੀਗਾ, ਹੁਣ ਵੇਚਣ ਦੇ ਵਾਸਤੇ ਮੈਂ ਆਇਆ ਸੀ, ਬਾਹਰੋਂ ਆਇਆ ਸੀ, ਮਹੀਨਾ ਹੋ ਰਿਹਾ ਜੀ ਨੂੰ ਵੈਸੇ, ਪਰ ਮੈਂ ਸਾਰੀ ਪੜਤਾਲ ਕਰੀ ਜਾਂਦਾ, ਜਮ੍ਹਾਂ ਬੰਦੀ ਲਵਾ ਲਈ, ਮੈਨੂੰ ਆਪਣਾ ਨਾਂ ਹੀ ਨਹੀਂ ਲੱਭ ਰਿਹਾ ਪਲਾਟ 'ਚ। ਵੈਸੇ ਪਤਾ ਨਹੀਂ ਪਲਾਟ ਇੱਧਰ ਇਹਨਾਂ ਨੇ ਪਾਤਾ ਸੀ, 20 ਤਰੀਕ ਨੂੰ ਮੈਂ ਵਾਪਸ ਜਾਣਾ 20 ਦਸੰਬਰ ਨੂੰ, ਅਤੇ ਮੇਰਾ ਸੌਦਾ ਹੋਇਆ ਵਾ, ਇੰਤਕਾਲ ਸਾਡਾ ਉਹ ਕਰਾਰਨਾਮਾ ਹੋਇਆ ਵਾ, ਪਲਾਟ ਲੱਭ ਨਹੀਂ ਰਿਹਾ। ਇਹਦੇ ਸੰਬੰਧੀ ਮਿਲਿਆ ਤੁਸੀਂ ਕਿਸੇ ਨੂੰ? ਮੈਂ ਇਹਦੇ ਪਟਵਾਰੀ ਨੂੰ ਸਾਰੇ ਮਿਲਿਆ ਜੀ, ਉਹ ਕੋਈ ਨਿਆਣੇ ਦੇ ਰਹੇ, ਵੈਸੇ ਕੋਈ ਸਮਝਾ ਨਹੀਂ ਰਿਹਾ ਮੈਨੂੰ ਕਿਸੇ ਵੀ। ਸਰਕਾਰਾਂ ਬੜੇ ਦਾਅਵੇ ਕਰਦੀ NRI ਵਾਸਤੇ ਆਹ ਕਰਤਾ ਕਰਕੇ ਲੱਗਦਾ। ਹਾਂਜੀ ਹਾਂ ਸਰ, ਨਹੀਂ ਬਹੁਤ ਕਰਦੀ, ਪਰ ਮੇਰਾ ਅਸੀਂ ਬਾਹਰੋਂ ਆਏ ਹਾਂ, ਸਾਡਾ ਪਲਾਟ ਇੱਥੇ ਮੈਂ ਵੀ ਪਤਾ ਨਹੀਂ ਲੱਭ ਨਹੀਂ ਰਿਹਾ ਕਿੱਥੇ, ਮੈਨੂੰ ਵੀ ਪਲਾਟ ਲੱਭ ਜਾਵੇ ਮੈਂ 5,000 ਰੁਪਇਆ ਨਾਮ ਵੀ ਦੇ ਦੂੰਗਾ ਉਹਨੂੰ। ਵੈਸੇ ਕੀ ਨਾਂ 'ਤੇ ਲਿਆ, ਕਿਹਦੇ ਤੋਂ ਸੀਗਾ ਜੀ? ਇਹ ਅਸੀਂ ਸੂਰਤਮਾਨ ਤੋਂ ਲਿਆ ਸੀਗਾ ਜੀ, ਅਤੇ ਮੇਰੇ ਬੇਟੇ ਦੇ ਨਾਂ ਸ਼ਮਿੰਦਰ ਜੀ ਦੇ ਨਾਂ 'ਤੇ ਹੈ। ਕਿੰਨੇ ਪੈਸਿਆਂ ਦਾ ਲਿਆ ਸੀ ਜੀ? ਅਸੀਂ 7,000 ਰੁਪਇਆ ਜੀ। ਕਿੰਨੇ ਗਾਜ ਦਾ, ਕਿੰਨਾ ਜੀ? ਇਹ ਸਾਡਾ 200 ਗਾਜ ਦਾ ਪਲਾਟ ਆ ਜੀ ਬਸ। ਨਹੀਂ ਤੁਸੀਂ ਉਹ ਪਲਾਟ ਵਲਿਆ ਹੋਇਆ ਸਰ? ਨਹੀਂ ਜੀ ਅਸੀਂ ਆਪ, ਹਾਂ ਸਾਡਾ ਵਲਿਆ ਵਾ, ਜੇ ਅਸੀਂ ਅੱਧਾ ਦਾ ਪਲਾਟ ਲਿਆ ਸੀ, ਮੇਰਾ ਵਲਿਆ ਵਾ, ਦੂਜਾ ਨਹੀਂ ਵਲਿਆ ਵਾ। ਕਿੰਨਾ ਚਿਰ ਉਹਦੇ ਬਾਹਰ ਆਇਆ ਨੂੰ, ਅਤੇ ਕੀ ਉਹ ਤੋਂ ਬਾਅਦ ਕੀ ਕਾਰਵਾਈ ਕੀਤੀ ਇੱਥੇ? ਮੈਂ 2016 ਦਾ ਪਲਾਟ ਲਿਆ ਜੀ, ਹੁਣ ਮੈਂ ਬਾਹਰ ਆਇਆ, ਮਹੀਨਾ ਹੋ ਗਿਆ ਮੈਨੂੰ ਆਏ ਨੂੰ ਜੀ, ਅਤੇ 20 ਦਸੰਬਰ ਮੈਂ ਵਾਪਸ ਜਾਣਾ, ਅਤੇ ਪਰ ਮੈਂ ਸਾਰੀ ਪੜਤਾਲ ਕੀਤੀ ਜਮ੍ਹਾਂ ਦੀ ਲਵਾਈ, ਪਰ ਮੈਨੂੰ ਪਟਵਾਰੀਆਂ ਕੋਲ ਵੀ ਜਾ ਕੋਈ
ਸਹੀ ਨਹੀਂ ਚੱਲ ਰਿਹਾ ਕੋਈ, ਦੱਸ ਨਹੀਂ ਰਿਹਾ ਮੈਨੂੰ ਕੋਈ ਬਸ। ਜਿਹੜਾ ਤੁਸੀਂ ਅੱਧਾ ਪਲਾਟ ਲਿਆ ਸੀ ਉਸ ਪਲਾਟ ਤੁਹਾਨੂੰ ਉਹ ਨਹੀਂ ਮਿਲ ਰਿਹਾ ਨਾ? ਹਾਂਜੀ ਅੱਧਾ ਨਹੀਂ ਮਿਲ ਰਿਹਾ। ਹਾਂਜੀ ਬਾਕੀ ਪਲਾਟ ਤੁਹਾਡੇ ਨਾਮ ਹੋਵੇ, ਦੂਜਾ ਪਲਾਟ 85 ਤੋਂ ਲਿਆ ਉਹਨੂੰ ਮਿਲਿਆ ਜੀ ਕੋਈ ਕਲੋਨੀਆਂ? ਨਹੀਂ ਉਹ ਆਪਣਾ ਬਠਿੰਡੇ ਦਾ ਹੀ ਵੇਚ ਤੇ ਚਲਾ ਗਿਆ ਨਾ। ਅੱਛਾ ਉਹਨੇ ਵੇਚਤਾ ਸੀ ਤੁਹਾਨੂੰ? ਹਾਂਜੀ ਹਾਂ। ਇੰਤਕਾਲ ਵਗੈਰਾ ਸਾਰਾ ਤੁਸੀਂ ਹੋਇਆ ਜੀ, 30 ਤਰੀਕ ਦਾ 30/9/16 ਦਾ ਇੰਤਕਾਲ ਵੀ ਹੋਇਆ ਵਾ, ਨਕਲ ਮੇਰੇ ਕੋਲ ਆ ਜੀ ਉਹਦੀ। ਪਰ ਤੁਹਾਡੇ ਕੋਲ ਰਜਿਸਟਰੀ ਵੀ ਹੈਗੀ? ਰਜਿਸਟਰੀ ਵੀ ਹੈ, ਇੱਧਰ ਚੱਲਦੀ ਨਸਲ ਵੀ ਹੈ, ਪਰ ਪਲਾਟ ਇੱਥੇ ਰਿਟਾਇਰ 'ਚ ਕੋਈ ਉਹਦਾ ਨਾਂ ਨਹੀਂ, ਬਸ ਪਟਵਾਰੀ ਦੇ ਰਿਕਾਰਡ 'ਚ ਕੋਈ ਚੀਜ਼ ਨਹੀਂ ਲੱਭ ਰਹੀ, ਬਸ ਵਿਭਾਗ ਦੇ ਰਿਕਾਰਡ 'ਚੋਂ ਗੈਪ ਹੈ। ਹਾਂਜੀ ਹਾਂ।